ਲਓ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕੇਕ ਘਰੇ ਬਣਾਉਣ ਜਾ ਰਹੇ ਹਾਂ ਕਿਉਂਕਿ ਅੱਜ ਆਪਣੇ ਹੈਗੇ ਫਾਦਰ ਦਾ ਬਰਥਡੇ ਸਰਮਾ ਦੇ ਦਾਦੂ ਦਾ ਬਰਥਡੇ ਸੱਤਵਾਂ ਬਰਥਡੇ ਇਸ ਲਈ ਅਸੀਂ ਘਰੇ ਬਣਾ ਰਹੇ ਹਾਂ ਕੇਕ ਬਾਜ਼ਾਰੋਂ ਨਹੀਂ ਲੈ ਕੇ ਆ ਰਹੇ ਇਹ ਕੋਡੋਂਗੇ ਵਿੱਚ ਪਾਇਆ ਹੈਗਾ ਉਹਦਾ ਮਿਕਸਚਰ ਪਾਣੀ ਪੁਣੀ ਪਾ ਤਾਏਗਾ ਤੇ ਇਹਨੂੰ ਚੰਗੀ ਤਰ੍ਹਾਂ ਲਾਤਾ ਬਿਨਾਂ ਅੰਡੇ ਤੋਂ ਬਣਦਾ ਹੈ ਕੇਕ ਫਿਲਸ ਬਰੀ ਦਾ ਮਿਲ ਜਾਂਦਾ ਹੈ ਬਾਜ਼ਾਰੋਂ ਬੜੀ ਮੁਸ਼ਕਿਲ ਨਾਲ ਮਿਲਦਾ ਹੈ ਕਦੀ ਮਿਲਦਾ ਹੈ ਕਦੀ ਨਹੀਂ ਮਿਲਦਾ ਦੇਖੋ ਚੰਗੀ ਤਰ੍ਹਾਂ ਹਲਾ ਲਿਆ ਮਿਕਸਚਰ ਬਣਾ ਲਿਆ ਤੇ ਆਪਾਂ ਚਾਕਲੇਟ ਹਬਸ਼ੀ ਵੀ ਲੈ ਕੇ ਆਏ ਆ ਗੈਸ ਨੂੰ ਕਰਦ ਲਿਆ ਕੜਾਹੀ ਰੱਖ ਦਿੱਤੀ ਹੈ ਕੜਾਹੀ ਵਿੱਚ ਬਣਦਾ ਹੈਗਾ ਹੈ ਨਹੀਂ ਸੀ ਥੱਲੇ ਆਹ ਅਖਬਾਰ ਜਿਹੜਾ ਟੋੜਾ ਰੱਖ ਦਿੱਤਾ ਹੈਗਾ ਕੱਟ ਕੇ ਇਹਦੇ ਵਿੱਚ ਤੇ ਇਹਦੇ ਚ ਆਪਾਂ ਪਾਤਾ ਹੈਗਾ ਮਿਕਸਚਰ ਠੀਕ ਹੈ ਥਾਂ ਚਾ ਕੇ ਚਿਪਕੇ ਨਾ ਤੇ ਕੜਾਈ ਨੂੰ ਹੋ ਗਈ ਗਰਮ ਤੇ ਓਵਨ 'ਚ ਨਹੀਂ ਬੰਦਾ ਕੜਾਈ 'ਚ ਬੰਦਾ ਹੈਗਾ ਤੇ ਆ ਰੱਖਤਾ ਕੜਾਈ ਦੇ ਵਿੱਚ ਉਬਾਲਣ ਲਈ ਮਤਲਬ ਭਾਫ਼ ਲਈ ਨੂੰ ਉਹ ਬੇਕ ਹੋਣ ਲਈ ਉੱਪਰ ਰੱਖਤਾ ਟੱਕਾਂ ਤੇ ਆ ਬੇਕ ਹੋ ਕੇ ਆ ਗਿਆ ਕੇਕ ਦੇਖੋ ਹੁਣ ਤੇ ਹਫਸੀ ਜਿਹੜੀ ਹੈਗੀ ਐ ਚਾਕਲੇਟ ਜਿਹੜੀ ਹੈ ਆ ਵੀ ਪਾ ਰਿਆ ਹੈਗਾ ਵਾ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਜੈਮ ਲਾਵਾਂਗੇ ਡੈਕੋਰੇਸ਼ਨ ਕਰਾਂਗੇ ਬਹੁਤ ਸੋਹਣਾ ਕੇਕ ਬਣ ਜਾਣਾ ਦੇਖੋ ਸੌਂਫਲਾ ਤੇ ਹੈਗੇ ਜੈਮ ਲਾ ਕੇ ਸਜਾਤਾ ਹੈਗਾ ਤੇ ਕੇਕ